ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਜੋਨ ਪੱਧਰੀ ਧਰਨਾ ਕੱਲ੍ਹ ਬਠਿੰਡਾ ਵਿੱਚ 6 ਜ਼ਿਲ੍ਹਿਆਂ ਦੇ ਮੁਲਾਜ਼ਮ ਅਤੇ ਪੈਨਸ਼ਨਰ ਲਾਉਣਗੇ ਡੀਸੀ ਦਫ਼ਤਰ ਦੇ ਅੱਗੇ ਧਰਨਾ। ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਮੌੜ ਨੇ ਬੋਲਦਿਆਂ ਕਿਹਾ ਕਿ 25 ਮਾਰਚ ਨੂੰ ਬਠਿੰਡਾ ਵਿਖੇ ਪੈਨਸ਼ਨਰ ਅਤੇ ਮੁਲਾਜ਼ਮਾਂ ਦਾ ਲੱਗਣ ਵਾਲਾ ਧਰਨਾ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਅਤੇ 6 ਜ਼ਿਲ੍ਹਿਆਂ ਦੇ ਪੈਨਸ਼ਨਰ ਅਤੇ ਮੁਲਾਜ਼ਮ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਨਗੇ। ਮੈਂ ਦਰਸ਼ਨ ਮੌੜ, ਪੰਜਾਬ ਗੌਰਮੈਂਟ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ। ਅਸੀਂ ਕੱਲ੍ਹ ਨੂੰ ਇੱਥੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ, ਪੈਨਸ਼ਨ ਮਾਰੂ ਅਤੇ ਹੋਰ ਮੰਗਾਂ ਨੂੰ ਲੈ ਕੇ ਜੋਨ ਪੱਧਰ ਦੀ ਰੈਲੀ ਬਠਿੰਡਾ ਵਿਖੇ ਕਰ ਰਹੇ ਹਾਂ, ਜਿਹਦੇ ਵਿੱਚ 6 ਜ਼ਿਲ੍ਹਿਆਂ ਦੇ ਜਿਹੜੇ ਕਰਮਚਾਰੀ ਅਤੇ ਪੈਨਸ਼ਨ ਸ਼ਾਮਲ ਹੋਣਗੇ। ਮੁੱਖ ਮੰਗਾਂ ਦੇ ਵਿੱਚ ਇਹ ਸ਼ਾਮਲ ਹੈ ਵੀ ਸਰਕਾਰ ਵਾਰ ਵਾਰ ਪੇ ਕਮਿਸ਼ਨ ਦਾ ਜ਼ਿਕਰ ਕਰਕੇ ਮੁੱਕਰਦੀ ਆ ਅਤੇ DA ਦੀਆਂ ਕਿਸ਼ਤਾਂ ਸਾਡੀਆਂ ਉਹ ਦਵਾ ਲਈਆਂ ਗਈਆਂ ਹਨ ਅਤੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਸੀਗੇ ਉਹ ਪੱਕੇ ਕੀਤੇ ਨਹੀਂ ਜਾ ਰਹੇ। ਠੇਕਾ ਅਧਾਰਤ ਜਿਹੜੀ ਹੈ ਸਾਰੀ ਉਹ ਨੌਕਰੀ ਜਿਹੜੀ ਹੈ ਸਰਵਿਸ ਕੀਤੀ ਜਾ ਰਹੀ ਹੈ। ਇਸ ਦੇ ਇਹ ਖਿਲਾਫ਼ ਪੰਜਾਬ ਦੇ ਮੁਲਾਜ਼ਮਾਂ 'ਚ ਬਹੁਤ ਵੱਡਾ ਰੋਸ ਹੈ। ਸੋ ਅਸੀਂ ਇੱਥੇ ਕੱਲ੍ਹ ਨੂੰ ਆਪਣੀ ਜਿਹੜੀ ਆ ਰੋਸ ਰੈਲੀ ਜੋਨ ਪੱਧਰੀ ਕਰਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।